मतलब किन्ने दिन तक स्टार्ट हो जाएगा? इसे करके सपना पानी ज्यादा हो गया। पहले तो इन सपना पानी की लोड़ नहीं है। अच्छा जी, इना पानी नहीं है पिंड च, नलके है ਹੁਣ ਲੋਕਾਂ ਘਰ ਘਰ ਮੋਟਰਾਂ ਲਵਾ ਰਹੀਆਂ, ਸਮਰਸੀਬਲ ਲੱਗ ਗਏ, ਸਮਰਸੀਬਲ ਲੱਗ ਗਏ ਆ, ਤੇ ਇਹ ਕਰਕੇ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਲੱਗ ਗਏ ਨੇ ਲੋਕ। ਸਪਣਾ ਦੇ ਜਿਹੜੇ ਕਿਨਾਰੇ ਉੱਪਰ ਤੱਕ ਚੜ ਗਏ, ਇਹ ਕਰਕੇ ਦੁਬਾਰਾ ਸਪਣਾ ਲੱਗ ਗਿਆ, ਪੁੱਟਣ ਲੱਗਿਆ। ਹੋਰ ਜਿਹੜਾ ਵਾਧੂ ਘਾਟੂ ਪਾਣੀ ਉਹ 'ਚ ਜਾਊਗਾ ਤਾਂ ਸਾਡੇ ਪਿੰਡ ਨੂੰ ਕੋਈ ਤਕਲੀਫ ਨਹੀਂ, ਸਾਡੇ ਕੋਈ ਤਕਲੀਫ ਨਹੀਂ, ਪਾਣੀ ਬਰਾਬਰ। ਠੀਕ ਹੈ ਜੀ, ਠੀਕ ਹੈ। ਮਤਲਬ ਇਹ ਹੁਣ ਤੁਸੀਂ ਛੱਪੜ ਪਟਾ ਰਹੇ ਜੇ? ਛੱਪੜ ਪਟਾ ਰਹੇ ਜੇ, ਠੀਕ ਹੈ ਜੀ। ਅਤੇ ਅੱਛਾ ਸਰ, ਬਾਕੀ ਇਹ ਜਿੱਦਾਂ ਕਿ ਵਾਟਰ ਸਪਲਾਈ ਹੈ, ਅਤੇ ਵਾਟਰ ਸਪਲਾਈ ਹੈ ਆਪਣੇ ਪਿੰਡ ਦੇ ਵਿੱਚ? ਵਾਟਰ ਸਪਲਾਈ ਸਾਡੇ ਪਿੰਡ ਹੈ ਆ। ਅਤੇ ਸਰ, ਜਿੱਦਾਂ ਕਿ ਹੁਣ ਗੌਰਮੈਂਟ ਵੱਲੋਂ ਐਲਾਨ ਹੋਇਆ ਕਿ ਹਰ ਘਰ ਦੇ ਵਿੱਚ ਜਿਹੜਾ ਹੈ ਕਿ ਕਨੈਕਸ਼ਨ ਹੋਣਾ ਚਾਹੀਦਾ, ਜ਼ਰੂਰੀ ਹੈ, ਅਤੇ ਉਹ ਸਰ ਹੋ ਰਿਹਾ ਕੰਮ ਕਿ ਹਰ ਘਰ ਦੇ ਵਿੱਚ ਕਨੈਕਸ਼ਨ ਲੱਗ ਰਹੇ? ਉਹ ਅਜੇ ਜਿੰਨਾ ਚਿਰ ਅਸੀਂ ਆਪਣਾ ਛੱਪੜ ਨਹੀਂ ਕੱਢ ਲੈਂਦੇ, ਜਿੰਨਾ ਚਿਰ ਅਸੀਂ ਪਾਣੀ ਪਾ ਲੈਂਦੇ ਉਨਾ ਚਿਰ ਕਨੈਕਸ਼ਨ ਚਾਲੂ ਨਹੀਂ ਕਰਾਂਗੇ। ਅੱਛਾ, ਜਿਹਨਾਂ ਚਿਰ ਛੱਪੜ ਦਾ ਕੰਮ ਤੁਹਾਡੀ ਮਰਜ਼ੀ ਕਿ ਪਾਣੀ ਫਿਰ ਜ਼ਿਆਦਾ ਹੋਏਗਾ ਅਤੇ ਉਹਦੇ ਨਾਲ ਭਰ ਜਾਏਗਾ ਛੱਪੜ, ਕੱਢਣ ਦੀ ਪ੍ਰੋਬਲਮ ਜ਼ਿਆਦਾ ਹੋਏਗੀ? ਠੀਕ ਹੈ, ਠੀਕ ਹੈ, ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਤੁਹਾਡੀ, ਕਿ ਜਿੱਦਣ ਇਹ ਛੱਪੜ ਦਾ ਕੰਮ ਕਰ ਲਓਗੇ ਅਤੇ ਉਦਣ ਹੀ ਤੁਸੀਂ ਇਹ ਮਤਲਬ ਕਨੈਕਸ਼ਨ ਲਵਾ ਦਿਓਗੇ। ਜਿੱਥੇ ਤੱਕ ਹੋਇਆ ਵੀ ਇਹ ਪਾਣੀ ਪੀਣ ਵਾਲਾ ਸਭ ਤੋਂ ਵਧੀਆ, ਸਾਢੇ ਪੰਜ ਸੌ ਫੁੱਟ ਚਾਰ ਦੇ ਚਾਰ। ਹਾਂਜੀ ਹਾਂਜੀ, ਹਾਂਜੀ ਹਾਂਜੀ, ਮੋਟਰ ਉਹਦੀ ਜ਼ਿਆਦਾ ਡੂੰਘੀ ਹੁੰਦੀ ਆ, ਚੰਡੀਗੜ੍ਹ ਤੋਂ ਪਾਸ ਹੋ ਕੇ ਪਾਣੀ ਆ ਵੀ ਇਹ ਪਾਣੀ ਸਾਰੇ ਪਿੰਡ ਨੂੰ ਇਹ ਦੇਣਾ। ਠੀਕ ਹੈ ਜੀ। ਅਤੇ ਅੱਛਾ ਸਰਪੰਚ ਸਾਹਿਬ, ਪਿੰਡ ਵਿੱਚ ਸਟਰੀਟ ਲਾਈਟਾਂ ਲੱਗੀਆਂ ਨੇ ਜੀ ਆਪਣੇ? ਸਾਡੇ ਪਿੰਡ ਵਿੱਚ ਤਾਂ ਅਜੇ ਪਹਿਲਾਂ ਲੱਗੀਆਂ ਸੀ, ਉੱਥੇ ਖਰਾਬ ਹੋ ਗਈਆਂ ਬਹੁਤ, ਉਹ ਪੰਜ ਸੱਤ ਸਾਲ ਪਹਿਲਾਂ ਲੱਗੀਆਂ ਸੀ। ਅੱਛਾ ਜੀ। ਹੁਣ ਜਿਹੜੀਆਂ ਸਾਡੀਆਂ ਲਾਈਟਾਂ ਉਹ ਅੱਗੇ ਮੰਗਾਵਾਂਗੇ ਅਤੇ ਸਾਡੇ ਰੋਡ ਬਣਨਗੇ, ਫਿਰ ਅਸੀਂ ਲਾਈਟਾਂ ਲਾਵਾਂਗੇ। ਹਾਲੇ ਤੱਕ ਇਹਦਾ ਮਤਲਬ ਮਤਾ ਨਹੀਂ ਪਾਇਆ? ਅਜੇ ਮਤਾ ਨਹੀਂ ਪਾਇਆ ਹਾਲੇ ਤੱਕ ਇਹਦਾ ਮਤਾ ਨਹੀਂ ਕਹਿੰਦੇ ਮਤਾ ਪਵਦਾ, ਅਸੀਂ ਆਖਿਆ ਵੀ ਅਸੀਂ ਇੱਦਾਂ ਮਤਾ ਪਾ ਛੱਡਦੇ ਹਾਂ। ਅਸੀਂ ਲਾਉਣੀਆਂ ਤਦ ਵਾ ਜਿੱਦਾਂ ਕਿ ਸਾਡੇ ਗਲੀਆਂ ਛਾਪਾ ਨਹੀਂ ਹੋ ਜਾਂਦੀਆਂ, ਰੋਡ ਛਾਪਾ ਨਹੀਂ ਹੋ ਜਾਂਦੇ, ਦੁਨੀਆ ਰਮਾਨ ਦਾ ਚੈਨ ਨਾਲ ਜਾ ਨਹੀਂ ਸਕਦਾ, ਜਾ ਨਹੀਂ ਸਕਦੀ। ਠੀਕ ਹੈ ਜੀ, ਬਾਅਦ ਵਿੱਚ ਅਸੀਂ ਸਾਰੇ ਲਾਈਟਾਂ। ਠੀਕ ਹੈ ਜੀ। ਅਤੇ ਅੱਛਾ ਜੀ, ਮੈਂਬਰ ਸਾਹਿਬ ਆਪਣੇ ਬਲਬੀਰ ਸਿੰਘ ਜੀ, ਤੁਸੀਂ ਦੱਸੋ ਮੈਨੂੰ ਕਿ ਆਪਣੇ ਪਿੰਡ ਦੇ ਵਿੱਚ ਜਿੱਦਾਂ ਕਿ ਹੁੰਦੇ ਨੇ ਧਰਮਸ਼ਾਲਾ ਹੁੰਦੀ ਹੈ ਜਾਂ ਕੋਈ ਜੰਝ ਘਰ ਹੁੰਦਾ ਹੈ, ਵੀ ਗਰੀਬ ਪਰਿਵਾਰ ਕੋਈ ਵੀ ਉੱਥੇ ਆਪਣਾ ਕੋਈ ਖੁਸ਼ੀ ਦਾ ਗਮੀ ਦਾ ਪ੍ਰੋਗਰਾਮ ਕਰ ਸਕਣ, ਅਤੇ ਆਪਣੇ ਪਿੰਡ ਵਿੱਚ ਹੈ ਕੋਈ ਧਰਮਸ਼ਾਲਾ ਜਾਂ ਕੋਈ ਜੰਝ ਘਰ? ਜੰਝ ਘਰ ਹੈਗਾ ਪਰ ਬਹੁਤ ਚਿਰਾਂ ਦਾ ਬਣਿਆ, ਉਹ ਥੋੜ੍ਹਾ ਪੁਰਾਣਾ ਹੋ ਗਿਆ, ਉਹ ਹੁਣ ਉਹਦਾ ਮਤਾ ਪਾਇਆ। ਅੱਛਾ ਜੀ। ਅਤੇ ਉਹ ਹੁਣ ਠੀਕ ਹੋਊਗਾ, ਮਤਾ ਪਾਇਆ ਉਹਦਾ? ਹਾਂਜੀ ਪਾਇਆ। ਅਤੇ ਪਾਸ ਹੋ ਗਿਆ? ਪਾਸ ਹੋ ਗਿਆ। ਠੀਕ ਹੈ, ਮਤਲਬ ਕਿ ਉਹਦਾ ਵੀ ਕੰਮ ਸਾਰੀ ਅਧੀਨ ਹੈ ਹਾਲੇ, ਮਤਲਬ ਕਿ ਪਾਸ ਹੋ ਗਿਆ ਹੈ ਅਤੇ ਕੰਮ ਸ਼ੁਰੂ ਹੋਣ ਵਾਲਾ ਉਹਦਾ ਵੀ? ਠੀਕ ਹੈ ਜੀ। ਜੰਝ ਘਰ ਦਾ ਕਿ ਧਰਮਸ਼ਾਲਾ ਦਾ? ਜੰਝ ਘਰ ਦਾ। ਠੀਕ ਹੈ ਜੀ। ਅਤੇ ਸਰ ਪੰਚਾਇਤ ਘਰ ਹੈ? ਪੰਚਾਇਤ ਘਰ ਨਹੀਂ ਸਾਡੇ ਪਿੰਡ, ਪੰਚਾਇਤ ਘਰ ਨਹੀਂ ਹੈਗਾ ਸਰ, ਉਹ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਪੰਚਾਇਤ ਘਰ ਜੇ ਨਹੀਂ ਹੈਗਾ ਤਾਂ ਪੰਚਾਇਤ ਦੀ ਮੀਟਿੰਗ ਜਾਂ ਤਾਂ ਫਿਰ ਗੁਰਦੁਆਰੇ ਕਰਦੇ ਹੋਗੇ ਜਾਂ ਕਿਤੇ ਸਕੂਲ ਕਰਦੇ ਹੋਗੇ। ਹਾਂਜੀ, ਹੈ ਨਾ। ਅਤੇ ਇਹ ਤਾਂ ਜ਼ਰੂਰੀ ਆ ਪੰਚਾਇਤ ਘਰ, ਕਿਉਂਕਿ ਜੇ ਪੰਚਾਇਤ ਘਰ ਹੋਵੇ ਤਾਂ ਪੰਚਾਇਤ ਦੀ ਮੀਟਿੰਗ ਪੰਚਾਇਤ ਘਰ ਹੀ ਹੋਵੇ, ਕਿਉਂਕਿ ਜੇ ਮੰਨ ਲਓ ਬੱਚਿਆਂ ਨੂੰ ਆਪਾਂ ਸਕੂਲ ਭੇਜਦੇ ਹਾਂ ਅਤੇ ਉਹ ਆਪਣੀ ਕਲਾਸ 'ਚ ਹੀ ਬੈਠਦੇ ਨੇ ਜਾ ਕੇ, ਹਾਂਜੀ ਉਹ ਕਿਤੇ ਦੂਜੀ ਕਲਾਸ 'ਚ ਥੋੜ੍ਹੀ ਬੈਠ ਜਾਂਦੇ ਨੇ, ਅਤੇ ਉਸ ਹਿਸਾਬ ਦੇ ਨਾਲ ਆਪਾਂ ਜੇ ਪੰਚਾਇਤ ਘਰ ਹੋਵੇ ਤਾਂ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਪੰਚਾਇਤ ਘਰ ਜਾ ਕੇ ਬੈਠਣਾ। ਆਪਾਂ ਹੁਣ ਇਹ ਆ ਕਿ ਦੂਜੀਆਂ ਕਲਾਸਾਂ 'ਚ ਜਾ ਕੇ ਬੈਠਣ ਡੇ ਹਾਂ, ਆਪਣੇ ਘਰ 'ਚ ਤਾਂ ਜਾ ਕੇ ਆਪਣੀ ਕਲਾਸ 'ਤੇ ਜਾ ਕੇ ਬਹਿੰਦੇ ਨਹੀਂ। ਜਿਹੜੀ ਪੰਚਾਇਤ ਘਰ ਹੈ, ਜਗ੍ਹਾ ਹੈਗੀ, ਹੁਣ ਬਣਾਉਣਾ ਪਊਗਾ ਉਹਦਾ ਮਤਾ ਪਾਉਣਾ, ਮਤਾ ਪਾਉਣਾ। ਹਾਂ, ਉਹਦਾ ਮਤਾ ਪਾ ਕੇ ਉਹ ਬਣਵਾਓ, ਉਹ ਬਹੁਤ ਜ਼ਰੂਰੀ ਆ। ਹਾਂਜੀ, ਉਹ ਪਹਿਲਾਂ ਉੱਥੇ ਪਿੰਡ ਦਾ ਕੋਈ ਵੀ ਬੰਦਾ ਆ ਸਕਦਾ, ਚਾਹੇ ਉਹ ਓਪੋਜਿਟ ਪਾਰਟੀ ਹੋਵੇ, ਕੋਈ ਵੀ ਹੋਵੇ, ਉੱਥੇ ਜਿਹੜਾ ਮਰਜ਼ੀ ਆ ਸਕਦਾ, ਕਿਉਂਕਿ ਇੱਕ ਸਾਂਝੀ ਜਗ੍ਹਾ ਹੈ। ਅਤੇ ਇਸ ਕਰਕੇ ਤੁਸੀਂ ਉਹਦਾ ਮਤਾ ਪਾਓ ਅਤੇ ਪੰਚਾਇਤ ਘਰ ਆਪਣਾ ਬਣਵਾਓ ਜੋ। ਠੀਕ ਹੈ ਸਰ। ਹਾਂਜੀ। ਅਤੇ ਅੱਛਾ ਸਰਪੰਚ ਸਾਹਿਬ, ਬਾਕੀ ਆਪਣੇ ਜਿੱਦਾਂ ਕੀ ਹੈ ਕੈਟਲ ਸੈੱਡ ਦੀ ਸਕੀਮ ਆਈ ਆ, ਅਤੇ ਆਪਣੇ ਕਿੰਨੇ ਕੈਟਲ ਸੈੱਡ ਪਾਸ ਹੋਏ ਨੇ ਪਿੰਡ ਦੇ ਵਿੱਚ? ਅਜੇ ਸਾਡੇ 10 ਪਾਸ ਹੋਏ। 10 ਪਾਸ ਹੋ ਗਏ? 10 ਪਾਸ ਹੋ ਗਏ। ਅੱਛਾ ਜੀ। ਇਹ ਅਜੇ ਚਾਲੂ ਨਾ ਕਰਨੇ ਆ, ਚਾਲੂ ਕਰਨੇ ਆ ਹਾਲੇ, 10 ਉਹਨਾਂ ਪਾਸ ਕੀਤੇ, 10 ਚਾਲੂ ਕਰਨੇ ਆ। ਇਹ 10 ਬਾਅਦ ਬਣ ਚ ਫੇਰ, ਮਤਲਬ ਇਹ ਬਣ ਜਾਣਗੇ ਤੇ ਉਸ ਤੋਂ ਬਾਅਦ ਕਿੰਨੀ ਡਿਮਾਂਡ ਆਉਂਦੀ ਆ? ਡਿਮਾਂਡ ਤਾਂ ਬਹੁਤ ਦਿੱਤੀ ਪਿੰਡ ਨੇ, ਪਰ ਜਿੰਨੀ ਉਹਨੇ ਗਵਰਨਮੈਂਟ ਕੋਲ ਪਹਿਲਾਂ ਜ਼ੋਰ ਪੈਂਦਾ ਉਨੀ ਪਾਸ ਕੀਤੀ, ਉਨੀ ਬਣਾਉਣਗੇ। ਇਹ ਬਣ ਗਈ, ਇਹ ਕਿਤਨਾ ਚੱਲਦੀ, ਉਹਦੇ ਬਾਅਦ ਫਿਰ ਦੂਸਰੀ ਦੂਸਰੀ ਪਾਉਣਗੇ। ਠੀਕ ਹੈ ਜੀ। ਅਤੇ ਅੱਛਾ ਜੀ, ਆਪਣੇ ਪਿੰਡ ਦੇ ਵਿੱਚ ਕੋਈ ਜਿੱਦਾਂ ਗਰਾਊਂਡ ਹੈਗੀ ਹੈ? ਗਰਾਊਂਡ ਗਰਾਊਂਡ ਹੁਣ ਬਣੀ,
ਹੁਣ ਬਣੀ ਹੈ ਜੀ ਹੁਣ ਤੋਂ ਹੀ ਬਣੀ ਤੋਂ ਦੇਖਿਆ ਹੈ ਸਟੇਡੀਅਮ ਸਟੇਡੀਅਮ ਇਹ ਹੁਣ ਬਣਾਇਆ ਜੀ ਤੁਸੀਂ ਇਹ ਆਪਣੀ ਸਰਪੰਚੀ 'ਚ ਬਹੁਤ ਵਧੀਆ ਗੱਲ ਹੈ ਜੀ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਤੁੰਗਲਵਾਲਾ ਵਿਖੇ ਹਾਂ ਅਤੇ ਇਹ ਪਿੰਡ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ ਅਤੇ ਇਹ ਪਿੰਡ ਹਲਕਾ ਕਾਦੀਆਂ ਦੇ ਵਿੱਚ ਆਉਂਦਾ ਹੈ ਅਤੇ ਬਲੋਕ ਇਹ ਕਾਹਨੂੰਵਾਨ ਦਾ ਪਿੰਡ ਹੈ ਇਹ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਵਾ ਰਹੇ ਨੇ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਜਗੀਰ ਸਿੰਘ ਜੀ ਨੇ ਪਹਿਲੀ ਵਾਰੀ ਸਰਪੰਚ ਬਣੇ ਨੇ ਅਤੇ ਇਹਨਾਂ ਦੇ ਨਾਲ ਮੈਂਬਰ ਬਲਬੀਰ ਸਿੰਘ ਜੀ ਇਹ ਵੀ ਨਾਲ ਨੇ ਅਤੇ ਇਹ ਇੰਨੇ ਕੁ ਵਧੀਆ ਕੰਮ ਪਿੰਡ ਦੇ ਹੋ ਰਹੇ ਨੇ ਕਿ ਇੱਥੇ ਸਟੇਡੀਅਮ ਜਿਹੜਾ ਕਿ ਅਜੇ ਤੱਕ ਬਣਿਆ ਹੀ ਨਹੀਂ ਸੀ ਕਦੀ ਅਤੇ ਨਾ ਹੀ ਇੱਥੇ ਗਰਾਊਂਡ ਸੀ ਅਤੇ ਇਹਨਾਂ ਨੇ ਸਟੇਡੀਅਮ ਜਿਹੜਾ ਹੈ ਉਹ ਪਿੰਡ ਦੇ ਵਿੱਚ ਲਿਆਤਾ ਹੈ ਅਤੇ ਬਣ ਗਿਆ ਹੈ ਅਤੇ ਹਾਲੇ ਉਹਦੀ ਤਿਆਰੀ ਹੋ ਰਹੀ ਹੈ ਅਤੇ ਪੂਰਾ ਬਣਿਆ ਨਹੀਂ ਹਾਲੇ ਤਿਆਰੀ ਹੋ ਰਹੀ ਹੈ ਪਰ ਬਣ ਗਿਆ ਹੈ ਵੀ ਇਹਨਾਂ ਨੇ ਉਹ ਪਾਸ ਕਰਵਾ ਕੇ ਬਣਵਾ ਲਿਆ ਹੈ ਅਤੇ ਹਾਲੇ ਉਹਦਾ ਕੰਮ ਚੱਲ ਰਿਹਾ ਹੈ ਬੜੀ ਵੱਡੀ ਗੱਲ ਹੈ ਇਹ ਕਿ ਸਟੇਡੀਅਮ ਜਿਹੜਾ ਬਣਵਾਉਣਾ ਹਰ ਇੱਕ ਪਿੰਡ ਦੇ ਵਿੱਚ ਸਟੇਡੀਅਮ ਜਿਹੜਾ ਹੈ ਉਹ ਬਣਵਾਉਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਆ ਅਤੇ ਇਹ ਸਰਪੰਚ ਸਾਹਿਬ ਨੇ ਅਤੇ ਇਹਨਾਂ ਦੇ ਨਾਲ ਜਿਹੜੇ ਮੈਂਬਰ ਨੇ ਇਹਨਾਂ ਨੇ ਸਾਰਿਆਂ ਰਲ ਕੇ ਇਹ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਬੜਾ ਇੱਕ ਯਾਦਗਾਰੀ ਕੰਮ ਹੈ ਕਿ ਜਿਹੜਾ ਯਾਦ ਕਰਨਗੇ ਲੋਕ ਇਹਨਾਂ ਨੂੰ ਜਦੋਂ ਤੱਕ ਵੀ ਜਿਉਂਦੇ ਰਹਿਣਗੇ ਲੋਕ ਅਤੇ ਇਹਨਾਂ ਨੂੰ ਯਾਦ ਕਰਨਗੇ ਕਿ ਇਹ ਜਿਹੜਾ ਆਪਣਾ ਸਟੇਡੀਅਮ ਬਣਿਆ ਹੈ ਇਹ ਸਰਪੰਚ ਸਾਹਿਬ ਜਗੀਰ ਸਿੰਘ ਜੀ ਜਦੋਂ ਸੀ ਸਰਪੰਚ ਉਹਨਾਂ ਨੇ ਬਣਵਾਇਆ ਹੈ ਅਤੇ ਹੁਣ ਸਰਪੰਚ ਸਾਹਿਬ ਇਸ ਤੋਂ ਇਲਾਵਾ ਬਾਕੀ ਪਾਰਕ ਹੈ ਜੀ ਇਹ ਪਿੰਡ ਦੇ ਵਿੱਚ ਪਾਰਕਾਂ ਨੂੰ ਬਣਾਉਣੀ ਜੀ ਪਾਰਕ ਬਣਾਉਣੀ ਆ ਪਛਾਣ ਘਾਟ ਦੇ ਲਾਗੇ ਸਾਡੇ ਕੋਲ ਜਗ੍ਹਾ ਹੈਗੀ ਆ ਕਿੱਲਾ ਡੇਢ ਕਿੱਲਾ ਅੱਛਾ ਜੀ ਉੱਥੇ ਅਸੀਂ ਸੱਪੜੀ ਬਣਾਉਂਦੇ ਹਾਂ ਹਾਂ ਉੱਥੇ ਅਸੀਂ ਪਾਰਕਿੰਗ ਬਣਾਉਣੀ ਆ ਬੱਚਿਆਂ ਵਾਸਤੇ ਬੋਲੋ ਸਭ ਤੋਂ ਝੂਲੇ ਝਾਲੇ ਲੱਗਣਗੇ ਅੱਛਾ ਬੂਟੇ ਲੱਗਣਗੇ ਸੋਹਣੇ ਸੋਹਣੇ ਵੈਰੀ ਗੁੱਡ ਜੀ ਅਤੇ ਜਿਹੜਾ ਸਰ 550 ਬੂਟਾ ਸਰਕਾਰ ਨੇ ਹਰ ਇੱਕ ਪੰਚਾਇਤ ਨੂੰ ਦਿੱਤਾ ਸੀ ਉਹ ਆਇਆ ਸੀ ਆਪਾਂ ਕੋਲ ਸਾਡੇ ਕੋਲ ਬੂਟਾ ਆਇਆ ਸੀਗਾ ਜੀ ਅੱਛਾ ਅਤੇ ਉਹ ਕਿੱਥੇ ਲਾਏ ਸਰ ਆਪਾਂ ਇਤਨਾ ਹੋਇਆ ਵੀ ਬੂਟਾ ਉਹ ਸਾਡੀ ਜਗ੍ਹਾ ਖੁੱਲੀ ਸੀ ਕਿ ਉੱਥੇ ਵਰਗਣ ਹੈ ਨਹੀਂ ਅੱਛਾ ਜੀ ਇਹ ਕਰਕੇ ਡੰਗਰਾਂ ਡੁੰਗਰਾਂ ਵਾਲੇ ਜਦੋਂ ਬਾਹਰ ਜਿਸ ਤਰ੍ਹਾਂ ਆਪਣੇ ਮੱਝਾਂ ਵਾਲੇ ਆ ਜਾਂਦੇ ਆ ਹਾਂਜੀ ਉਹ ਵੀ ਵਾੜ ਦਿੰਦੇ ਨਿਹੰਗ ਆ ਜਾਂਦੇ ਅਤੇ ਉਹ ਵੀ ਵਾੜ ਦਿੰਦੇ ਆ ਉਹ ਸਾਫੇ ਬੂਟੇ ਬਾਟੇ ਉਹਨਾਂ ਖਤਮ ਕਰਦੇ ਹੁਣ ਫਿਰ ਦੁਬਾਰੇ ਲਾਉਂਦੇ ਹੁਣ ਆਪਣੇ ਦੁਬਾਰਾ ਲਾਓਗੇ ਹੁਣ ਚਾਰ ਛੇੜਾ ਦਾ ਬਣਨਾ ਜੀ ਛੱਪੜ ਦਾ ਤੇ ਪਾਰਕ ਸਟੇਡੀਅਮ ਦਾ ਪਾਰਕ ਦਾ ਵੀ ਬਣਨਾ ਠੀਕ ਹੈ ਜੀ ਉਹਦੇ ਵਿੱਚ ਪਾਰਕ ਅਤੇ ਅੱਛਾ ਸਰਪੰਚ ਸਾਹਿਬ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਕਿ ਆਪਣੀ ਕਾਫੀ ਦੇਰ ਤੋਂ ਸਕੀਮ ਚੱਲ ਰਹੀ ਹੈ ਇੱਕ ਓਪਨ ਜਿੰਮ ਦੀ ਅਤੇ ਉਹ ਆਪਣੇ ਪਿੰਡ ਵਿੱਚ ਹੈ ਜੀ ਓਪਨ ਜਿੰਮ ਸਾਡੇ ਪਿੰਡ ਹੈ ਜੀ ਜਿੱਥੇ ਆਪਣਾ ਸਟੇਡੀਅਮ ਉਹਦੇ ਵਿੱਚ ਪੂਰਾ ਕਮਰਾ ਬਣਿਆ ਅੱਛਾ ਜੀ ਸਮਾਨ ਵੀ ਹੈਗਾ ਅੱਛਾ ਜੀ ਪਰ ਹੁਣ ਕੋਲ ਉੱਥੇ ਦੁਨੀਆ ਮੁੰਡੇ ਘੱਟ ਗਏ ਘੱਟ ਜਾਂਦੇ ਜ਼ਿਆਦਾ ਕ੍ਰਿਕਟ ਵਾਲੇ ਹੋ ਗਏ ਅੱਛਾ ਪਰ ਖੇਡਦੇ ਤੇ ਗਰਾਊਂਡ 'ਚ ਹੀ ਨੇ ਧਿਆਨ ਤਾਂ ਉਹਨਾਂ ਦਾ ਖੇਡ ਵੱਲ ਹੀ ਆ ਨਾ ਚਾਹੇ ਕਿਸੇ ਵੀ ਆ ਧਿਆਨ ਖੇਡ ਵੱਲ ਕਿਸੇ ਨਸ਼ੇ ਵੱਲ ਤਾਂ ਨਹੀਂ ਨਾ ਧਿਆਨ ਨਸ਼ੇ ਵੱਲ ਦਾ ਤਾਂ ਗੱਲ ਹੀ ਸਰ ਉਹ ਨਸ਼ਿਆਂ ਦੇ ਪੰਜਾਬ ਦੇ ਵਿੱਚ ਢੇਰ ਲੱਗੇ ਆ ਅੱਛਾ ਜੀ ਇਹਦਾ ਸਰ ਤੁਸੀਂ ਅੱਛਾ ਚਲੋ ਨਸ਼ੇ ਦੀ ਤੁਸੀਂ ਗੱਲ ਛੇੜਦੀ ਆ ਸਰ ਅਤੇ ਸਰ ਅਸੀਂ ਇੱਕ ਸਰਪੰਚ ਸਾਹਿਬ ਨਾਲ ਗੱਲ ਕੀਤੀ ਸੀ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਉਹਨਾਂ ਦਾ ਅਤੇ ਨਾਂ ਅਸੀਂ ਦੱਸਦੇ ਉਹ ਸਾਬਕਾ ਸਰਪੰਚ ਸੀ ਉਹਨਾਂ ਨੇ ਗੱਲ ਕੀਤੀ ਕਿ ਜੇਕਰ ਮੰਨ ਲਓ ਇਹ ਨਸ਼ਾ ਤੁਸੀਂ ਮੈਨੂੰ ਪਹਿਲਾਂ ਦੱਸੋ ਕਿ ਇਹ ਨਸ਼ਾ ਜਿਹੜਾ ਹੈ ਇਹ ਬੰਦ ਜੇ ਹੋਣਾ ਹੋਵੇ ਤਾਂ ਸਰਕਾਰ ਚਾਹੇ ਤਾਂ ਆਉਂਦੇ ਕਿ ਇੱਕ ਦਿਨ 'ਚ ਹੋ ਸਕਦਾ ਜੇ ਸਰਕਾਰ ਚਾਹੇ ਤਾਂ ਕਹਿੰਦੇ ਅਤੇ ਉਹਨਾਂ ਨੇ ਹੋਰ ਵੀ ਇੱਕ ਗੱਲ ਕੀਤੀ ਸੀ ਨਾਲ ਕਹਿੰਦੇ ਕਿ ਜੇਕਰ ਇਹ ਜਿੰਨੇ ਵੀ ਥਾਣੇ ਨੇ ਜਿੰਨੇ ਵੀ ਪੁਲਿਸ ਵਾਲੇ ਨੇ ਪੰਜਾਬ ਦੇ ਇਹਨਾਂ ਨੂੰ ਕਦੀ ਵੀ ਇੱਕ ਥਾਣੇ ਦੇ ਵਿੱਚ ਵੱਧ ਤੋਂ ਵੱਧ 20 ਦਿਨ ਜਾਂ ਮਹੀਨਾ ਜਾਂ 25 ਦਿਨ ਇਸ ਤੋਂ ਵੱਧ ਕਿਸੇ ਵੀ SHO ਨੂੰ ਕਿਸੇ ਹੌਲਦਾਰ ਨੂੰ ਕਿਸੇ ਮੁੰਸ਼ੀ ਨੂੰ ਇੱਕ ਥਾਣੇ 'ਚ ਨਹੀਂ ਰੱਖਣਾ ਚਾਹੀਦਾ ਉਹਨੂੰ ਬਦਲ ਕੇ ਦੂਜੇ ਥਾਣੇ ਰੱਖਣਾ ਚਾਹੀਦਾ ਕਿਉਂਕਿ ਉਹ ਆਉਂਦੇ ਕਿ ਜਦੋਂ ਉਹ ਤਿੰਨ ਚਾਰ ਸਾਲ ਇੱਕ ਥਾਣੇ 'ਚ ਰਹਿ ਜਾਂਦੇ ਨੇ ਉਹਨਾਂ ਨੂੰ ਪੂਰੇ ਪਿੰਡ ਦਾ ਭੇਤ ਹੋ ਜਾਂਦਾ ਕਿ ਕਿਹੜਾ ਕੀ ਕੰਮ ਕਰਦਾ ਕਿਹੜਾ ਕੀ ਕੰਮ ਕਰਦਾ ਜਿਹਦੇ ਨਾਲ ਕਿ ਉਹ ਫਿਰ ਜਿਹੜਾ ਹੈ ਉਹਨਾਂ ਦੀ ਮਿਲੀ ਭਗਤ ਹੋ ਜਾਂਦੀ ਹੈ ਬਿਲਕੁਲ ਮੈਂ ਤਾਂ ਇਹ ਗੱਲ ਕਹਿ ਨਹੀਂ ਸੀ ਰਿਹਾ ਤੁਸੀਂ ਚਲੋ ਕਹਿਤੀ ਅਤੇ ਮੈਂ ਵੀ ਇਹ ਗੱਲ ਕਹਿੰਦਾ ਸਹੀ ਗੱਲ ਹੈ ਕਿ ਫਿਰ ਉਹ ਮਿਲੀ ਭਗਤ ਹੋਣ ਦੇ ਨਾਲ ਉਹ ਫਿਰ ਉਹਨਾਂ ਦਾ ਮਹੀਨਾ ਵੱਧ ਜਾਂਦਾ ਅਤੇ ਉਹ ਫਿਰ ਨਸ਼ਾ ਵਿਕਣਾ ਉੱਥੇ ਸਟਾਰਟ ਹੋ ਜਾਂਦਾ ਅਤੇ ਇਹ ਬਿਲਕੁਲ ਇਹ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਅਤੇ ਵਾਕਿਆ ਇੱਦਾਂ ਹੋਣਾ ਚਾਹੀਦਾ ਹੈ ਇਹ ਬਿਲਕੁਲ ਥੋੜ੍ਹਾ ਸਰਕਾਰ ਨੂੰ ਵੀ ਇੱਦਾਂ ਚੇਂਜ ਕਰਨਾ ਚਾਹੀਦਾ ਕਿ ਅਦਲੀ ਬਦਲੀ ਕਰਦੀ ਰਹਿਣੀ ਚਾਹੀਦੀ ਹੈ ਵੀ ਸਾਰੇ SHO ਦੀ ਸਾਰੇ ਜਿੰਨੇ ਮੁਲਾਜ਼ਮ ਨੇ ਸਾਰਿਆਂ ਦੀ ਭਾਵੇਂ 2 ਮਹੀਨਿਆਂ ਤੱਕ ਇਹਨੂੰ ਚੇਂਜ ਕਰਨ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ ਹਾਂਜੀ ਕਿਉਂ ਇੱਕ ਦੂਸਰੇ ਨਾਲ ਮਿਲਣੀ ਕਿਉਂਕਿ ਸਰ ਅਸੀਂ ਦੇਖਿਆ ਕਿ ਕਈ SHO ਐਸੇ ਨੇ ਕਿ ਜਿਹੜੇ ਉਹ ਥਾਣੇ ਨੂੰ ਆਪਣੇ ਨੂੰ ਇੱਕ ਆਪਣਾ ਘਰ ਬਣਾ ਕੇ ਠੀਕ ਹੈ ਕਈ ਕਈ ਸਾਲਾਂ ਤੋਂ ਉੱਥੇ ਹੀ ਬਦਲੀਆਂ ਉਹਨਾਂ ਦੀਆਂ ਉਹ ਜਿਹੜੇ ਪੈਸੇ ਦਿੰਦੇ ਜਿਹੜੇ ਮਾਰ ਉਹਨਾਂ ਦੇ ਉਹ ਜ਼ਿਆਦਾ ਦੂਸਰਿਆਂ ਨੂੰ ਪੁੱਛਦੇ ਨਹੀਂ ਅੱਛਾ ਜੀ ਇੱਦਾਂ ਦੇ ਵੀ ਕੰਮ ਆ ਜੀ ਇਤਨਾ ਦੇ ਵੀ ਕੰਮ ਆ ਵੀ ਜਿਹੜੇ ਪੈਸੇ ਦਿੰਦੇ ਉਹਨਾਂ ਦੀ ਗੱਲ ਸੁਣ ਲਈ ਤੇ ਜਿਹਦੀ ਨਹੀਂ ਆਪਣੇ ਪਿੰਡ 'ਚ ਹੋਇਆ ਕੋਈ ਇੱਦਾਂ ਦਾ ਕਿੱਸਾ ਸਾਡੇ ਬਥੇਰੇ 2-3 ਵਾਰੀ ਉੱਤੋਂ ਆ ਗਿਆ ਜੀ ਗੁਰਦਾਸਪੁਰੋਂ ਅੱਛਾ
ਐਸਪੀ ਸਾਹਿਬ ਵੀ ਜਿੰਦਰ ਸਿੰਘ ਜਿੰਦਰ ਸਿੰਘ ਨੇ ਐਸਪੀ ਵੀ ਆ ਗਿਆ ਅੱਛਾ ਇਹਦੇ ਦੋ ਵਾਰੀ ਮੀਟਿੰਗ ਹੋ ਚੁੱਕੀ ਇਸ ਪਿੰਡ ਵਾਸਤੇ ਅੱਛਾ ਜੀ ਉਹਨਾਂ ਫਿਰ ਦਵਾਈਆਂ ਵਾਸਤੇ ਮੁੰਡਿਆਂ ਨੂੰ ਕਰਦੇ ਜੀ ਪਹਿਲਾਂ ਆਪਣੇ ਐਸਐਸਪੀ ਐਸਐਸਪੀ ਹੁੰਦੇ ਸੀ ਸਰਦਾਰ ਸਵਰਨਵੀਰ ਸਿੰਘ ਜੀ ਉਹ ਤੇ ਉਹਨਾਂ ਨਾਲ ਤੇ ਮੇਰਾ ਬੜਾ ਚਲੋ ਥੋੜਾ ਹੈ ਸੀ ਪਿਆਰ ਮੁਹੱਬਤ ਉਹਦੇ ਨਾਲ ਗੱਲਬਾਤ ਚੱਲਦੀ ਸੀ ਤੇ ਹੁਣ ਆਪਣੇ ਐਸਐਸਪੀ ਰਜਿੰਦਰ ਸਿੰਘ ਜੀ ਆ ਤੇ ਅੱਛਾ ਦਵਾਈ ਵਾਸਤੇ ਦਵਾਈ ਲਾਉਂਦੇ ਸੀ ਹਾਂ ਹਾਂ ਫੇਰ ਵੀ ਨਸ਼ਾ ਵਿਕੀ ਜਾ ਰਿਹਾ ਪਤਾ ਨੀ ਕਿਉਂ ਕਿਹੜੇ ਢੰਗ ਨਾਲ ਇਹਦੇ ਵਿਚ ਸਾਡੇ ਥਾਣਾ ਚੌਕੀ ਇੰਚਾਰਜ ਨੇ ਬਹੁਤ ਸਹਿਯੋਗ ਕੀਤਾ ਸੀਗਾ ਉਹਨੇ ਆਪਣੀ ਗੱਡੀ ਤੇ ਖੜ ਕੇ ਬੰਦਿਆਂ ਨੂੰ ਖੜਿਆ ਪਰ ਜਦੋਂ ਨਾ ਆਪਣੀ ਗੱਡੀ ਦੇ ਬੰਦਿਆਂ ਡਾਕ ਉੱਥੇ ਖੜਿਆ ਹੋਸਪਿਟਲ 'ਚ ਉਹਨਾਂ ਕੋਲ ਦਵਾਈ ਹੈ ਨਹੀਂ ਅੱਛਾ ਜੀ ਹਸਪਤਾਲ ਦਵਾਈ ਹੈ ਨਹੀਂ ਦਵਾਈ ਹੈ ਨਹੀਂ ਅਤੇ ਫਿਰ ਵਾਪਸ ਲੈ ਕੇ ਘੁੰਮ ਕੇ ਉਹਦੇ ਰਹੇ ਦੋ ਦਿਨ ਘੁੰਮ ਕੇ ਆ ਗਏ ਫਿਰ ਕਿਹੜਾ ਪੁਲਿਸ ਵਾਲੇ ਕਿੱਥੋਂ ਕੰਮ ਹੋ ਗਿਆ ਦਵਾਈ ਹੈ ਨਹੀਂ ਹਾਏ ਹੋਸਪਿਟਲ 'ਚ ਸਰਪੰਚ ਸਾਹਿਬ ਨੇ ਸਾਨੂੰ ਇੱਕ ਬੜੀ ਵਧੀਆ ਗੱਲ ਦੱਸੀ ਕਿ ਇੱਥੇ ਨਸ਼ਾ ਛਡਾਊ ਵਾਸਤੇ ਜਿਹੜਾ ਕਿ ਕੈਂਪ ਜਿੱਦਾਂ ਦਵਾਈ ਦਿੰਦੇ ਨੇ ਹਸਪਤਾਲਾਂ ਦੇ ਵਿੱਚ ਅਤੇ ਉਹ ਇੱਥੇ ਆ ਕੇ ਐਸਐਸਪੀ ਸਾਹਿਬ ਜਾਂ ਡੀਐਸਪੀ ਸਾਹਿਬ ਆ ਕੇ ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਐਲਾਨ ਕੀਤਾ ਕਿ ਤੁਸੀਂ ਕਾਰਡ ਬਣਾਓ ਅਤੇ ਕਾਰਡ ਬਣਵਾ ਕੇ ਦਵਾਈ ਖਾਓ ਅਤੇ ਤੁਹਾਡਾ ਜਿਹੜਾ ਕਿ ਇਹ ਨਸ਼ਾ ਛੁੱਟੇ ਅਤੇ ਇੱਥੋਂ ਫਿਰ ਜਿਹੜੇ ਐਸਐਚਓ ਸਾਹਿਬ ਨੇ ਇਲਾਕੇ ਦੇ ਥਾਣੇ ਦੇ ਐਸਐਚਓ ਸਾਹਿਬ ਨੇ ਅਤੇ ਹੋਰ ASI ਸਾਹਿਬ ਜਿਹੜੇ ਇੱਥੋਂ ਦੇ ਉਹ ਸਾਰੇ ਕਿ ਫਿਰ ਦੋ ਦਿਨ ਆਪਣੇ ਨੌਜਵਾਨਾਂ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਰਹੇ ਹੋਸਪਿਟਲ ਗੁਰਦਾਸਪੁਰ ਬਟਾਲੇ ਲੈ ਕੇ ਜਾਂਦੇ ਰਹੇ ਹੋਸਪਿਟਲ ਦਵਾਈ ਖਵਾਉਣ ਵਾਸਤੇ ਜਿਹੜੀ ਕਿ ਉੱਥੇ ਉਹਨਾਂ ਨੂੰ ਉਹ ਦਵਾਈ ਪ੍ਰੋਵਾਈਡ ਹੀ ਨਹੀਂ ਹੋਈ ਮਿਲੀ ਨਹੀਂ ਉਹਨਾਂ ਨੂੰ ਦੋ ਦਿਨ ਖਾਲੀ ਵਾਪਸ ਆਏ ਫਿਰ ਉਸ ਤੋਂ ਬਾਅਦ ਵੀ ਪੁਲਿਸ ਵਾਲਿਆਂ ਕੋਲ ਉਹ ਵੀ ਕਿੰਨਾ ਕੁ ਟਾਈਮ ਹੁੰਦਾ ਜੀ ਉਹਨਾਂ ਵੀ ਆਪਣੀ ਡਿਊਟੀ ਕਰਨੀ ਆ ਅਤੇ ਇਸ ਕਰਕੇ ਫਿਰ ਉਹ ਪਤਾ ਨਹੀਂ ਕਿ ਸ਼ਾਇਦ ਫਿਰ ਨੌਜਵਾਨ ਜਿਹੜੇ ਨੇ ਫਿਰ ਉਸੇ ਕੰਮ 'ਤੇ ਹੀ ਲੱਗੇ ਹੋਣਗੇ ਦਵਾਈ ਵਾਲੇ ਬੰਨੇ 'ਤੇ ਕੰਮ ਹੋਇਆ ਹੀ ਨਹੀਂ ਉਹਨਾਂ ਦਾ ਸ਼ੁਰੂ ਅਤੇ ਉਹਨਾਂ ਸ਼ੁਰੂ ਕਿੱਥੋਂ ਕਰਨਾ ਸੀ ਇਹ ਤਾਂ ਕੋਈ ਆਪਣੀ ਹਿੰਮਤ ਨਾਲ ਚੱਲ ਗਿਆ ਜਾਂਦਾ ਹੋਊਗਾ ਅਤੇ ਜਾਂਦਾ ਹੋਏਗਾ ਇਹ ਬਹੁਤ ਵੈਸੇ ਗਲਤ ਗੱਲ ਹੈ ਜੇਕਰ ਲੈ ਕੇ ਗਏ ਨੇ ਅਤੇ ਉਹਨਾਂ ਨੂੰ ਦਵਾਈ ਮਿਲਣੀ ਚਾਹੀਦੀ ਸੀ ਅਤੇ ਜੇਕਰ ਹੁਣ ਮਿਲ ਰਹੀ ਹੈ ਅਤੇ ਫਿਰ ਹੁਣ ਪਿੰਡ ਪਿੰਡ ਆ ਕੇ ਡਿਊਟੀ ਲਾਉਣ ਉਹ ਅਤੇ ਹਰ ਇੱਕ ਪਿੰਡ ਦੀ ਉਹ ਸਰਵੇ ਕਰਨ ਅਤੇ ਵਾਕਿਆ ਪੁੱਛਣ ਕਿ ਕਿਹੜਾ ਬੰਦਾ ਨਸ਼ਾ ਕਰਦਾ ਅਤੇ ਉਹਨਾਂ ਨੂੰ ਦਵਾਈ ਦੇਣ ਅਤੇ ਦਵਾਈ ਦਿੱਤੀ ਜਾਵੇ ਹਫ਼ਤੇ 10 ਦਿਨ ਦੀ ਜਿਹੜੀ ਦਵਾਈ ਆ ਉਹ ਦੇਣ ਕਿ ਜਿਹੜਾ ਘਰੇ ਰਹੇ ਬੰਦਾ ਇਹ ਨਹੀਂ ਕਿ ਰੋਜ਼ ਡੇਲੀ ਵਾਲੀ ਇਹਨਾਂ ਨੇ ਸਕੀਮ ਜਿਹੜੀ ਚਲਾਈ ਹੈ ਸਰਕਾਰ ਨੇ ਇਹ ਵੀ ਗਲਤ ਹੈ ਕਿ ਆਣ ਕੇ ਡੇਲੀ ਦਵਾਈ ਖਾਵੇ ਬੰਦਾ ਹੁਣ ਮੰਨ ਲਓ 10 ਕਿਲੋਮੀਟਰ ਜਾਂ 15 ਕਿਲੋਮੀਟਰ 20 ਕਿਲੋਮੀਟਰ ਦੂਰ ਹੋਸਪਿਟਲ ਆ ਅਤੇ ਡੇਲੀ ਕਿਸੇ ਕੋਲ ਕਨਵੈਂਸ ਨਹੀਂ ਆ ਅਤੇ ਉਹ ਕਿੱਦਾਂ ਜਾਏਗਾ 20 ਕਿਲੋਮੀਟਰ ਦੂਰ ਅਤੇ ਉਹ ਕਿੱਦਾਂ ਦਵਾਈ ਖਾਏਗਾ ਡੇਲੀ ਇਹਦੇ ਵਾਸਤੇ ਮੰਨ ਲਓ ਕਿ ਉਹ ਹਾਂ ਡਿਸਪੈਂਸਰੀ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਵਿੱਚ ਉਹ ਇਕੱਠੀ ਹੋਮ ਡੋਜ਼ ਦੇ ਦੇਣ 10-20 ਦਿਨ ਦੀ ਇਕੱਠੀ ਅਤੇ 10-20 ਦਿਨ ਬਾਅਦ ਜਿਹੜਾ ਕਿ ਕੋਈ ਵੀ ਬੰਦਾ ਵਾ ਉਹ ਆਪਣੀ ਦਵਾਈ ਜਾ ਕੇ ਲੈ ਆਵੇ ਅਤੇ 10 ਦਿਨ ਬਾਅਦ ਫਿਰ ਆਪਣੇ ਨਾਲੇ ਕੰਮ ਕਰਦਾ ਰਹੇ ਅਤੇ 10 ਦਿਨ ਬਾਅਦ ਜਦੋਂ ਖਤਮ ਹੋਣ ਵਾਲੀ ਹੈ ਦਵਾਈ ਉਦੋਂ ਫਿਰ ਜਾ ਕੇ ਲੈ ਆਵੇ ਅਤੇ ਇਹ ਹੋਣਾ ਬਹੁਤ ਜ਼ਰੂਰੀ ਆ ਅਤੇ ਅੱਛਾ ਸਰਪੰਚ ਸਾਹਿਬ ਹੁਣ ਮੈਨੂੰ ਆਪਾਂ ਵਿਦਾ ਤੁਹਾਡੇ ਨਾਲ ਲਈਏ ਅਤੇ ਆਖਰੀ ਇੱਕ ਤੁਹਾਡੇ ਨਾਲ ਸਵਾਲ ਕਰੀਏ ਅਤੇ ਆਪਾਂ ਜਿਵੇਂ ਤੁਸੀਂ ਇਹ ਕੰਮ ਕਰਵਾਏ ਨੇ ਆਪਾਂ ਇਹ ਸਾਰੇ ਦੇਖੀਏ ਜੀ ਚੱਲੀਏ ਜੀ ਪਿੰਡ ਘੁੰਮੀਏ ਜੀ ਪਿੰਡ ਠੀਕ ਹੈ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਸੁਪਰ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਸ ਵਕਤ ਅਸੀਂ ਪਿੰਡ ਤੁੰਗਲਵਾਲਾ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦਾ ਪਿੰਡ ਹੈ ਅਤੇ ਅਸੀਂ ਉੱਥੋਂ ਦੇ ਸਰਪੰਚ ਸਾਹਿਬ ਜਗੀਰ ਸਿੰਘ ਜੀ ਦੇ ਨਾਲ ਅਤੇ ਮੈਂਬਰ ਬਲਬੀਰ ਸਿੰਘ ਜੀ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ ਅਤੇ ਹੋਰ ਪਿੰਡ ਵਾਸੀ ਵੀ ਸਾਡੇ ਨਾਲ ਨੇ ਇੱਥੇ ਅਤੇ ਅਸੀਂ ਇਹਨਾਂ ਦੇ ਨਾਲ ਜਾ ਕੇ ਹੁਣੇ ਅਸੀਂ ਪਿੰਡ ਵੀ ਦੇਖਾਂਗੇ ਸਾਰਾ ਜਿਹੜਾ ਕਿ ਸਰਪੰਚ ਸਾਹਿਬ ਨੇ ਜਿਹੜੇ ਕੰਮ ਕਰਵਾਏ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਨੇ ਜਿਹੜੇ ਇਹਨਾਂ ਕਰਵਾਏ ਨੇ